ಶೆಟ್ಟಿ ಬಡ್ಡ ಅವಲ ಲ ಪಾಂಟಿ ಲ ಬಿ ಬಡ್ಡ ಅವ ಶೆಟ್ಟಿ ದಿನ ಮಂದಿ ಬೀರೆ ದಿನ ಬಿ क्या करता है? हाँ भाई तू चांद आ गया है भाई, एक काम है। हाँ भाई बोल। ਸਾਰਾ ਮੇਰੇ ਦੇ ਕੰਮ ਕਰਾ ਪਗਾਰੀ ਮੇਰੇ ਕੰਮ ਨਹੀਂ ਜੇ ਪਈ ਆ ਜਿਹੜਾ ਬੋਲ ਕੇ ਤੇ ਮੈਂ ਖਾ ਦਿੰਗਾ ਨਾ ਰੋਏ ਦੱਸ ਦੱਸ ਦਿੰਗਾ ਪੱਲਾ ਘਰ ਤਾਂ ਸੁਣੀ ਲੈ ਅਰੇ ਬੀੜੀਆਂ ਵੰਡਣ ਜੋ ਕਈ ਵਾਰ ਕਰਦੇ ਨਾ ਤੂੰ ਪੱਲਾ ਘਰ ਤਾਂ ਸੁਣੇ ਬੋਲ ਰਾਵਾ ਬੋਲ ਰਾਵਾ ਬੋਲ ਏ ਤਾਂ ਠੀਕ ਹੋ ਗਿਆ ਕੁਦਰੇ ਸਿੱਖੀ ਅਰੇ ਤੂਲਵਾੜੀ ਆਉਂਦਾ ਹਮਦਾਰਾ ਮਾਣੀ ਰਹਿਣਾ ਨਾ ਮਸਤੇ ਅਰੇ ਹਾ ਤਾਂ ਮਰੀ ਗਿਆ ਸੀ ਮੇਰੇ ਵਰ ਟਾਈਮ ਹੋ ਗਿਆ ਹਾਏ ਬੋ ਅੱਲਾ ਕੇ ਨਾਮ ਸੇ ਕਰ ਵੀ ਉਸ ਕੇ ਨਾਮ ਤੇ ਦੇ ਦੇ ਮੈਂ ਕਹ ਰੇ ਬਾਬਾ ਅੱਛਾ ਗੱਲ ਤਾਂ ਸੁਣ ਹਾਂ ਬਾਬਾ ਬੋਲ ਹੋਰ ਕੋਈ ਬੰਦਾ ਨਹੀਂ ਹੱਸ ਖਾਣੇ ਵਾਲਾ ਨਹੀਂ ਬਾਬਾ ਕੋਈ ਨਹੀਂ ਬਾਬਾ ਮੈਂ ਇਹ ਚੇਲਾ ਉਹਦਾ ਤਾਂ ਤੂੰ ਮੇਰੇ ਗੁਰੂ ਮੈਂ ਤੁਹਾਡਾ ਚੇਲਾ ਮੈਨੂੰ ਉਸ ਪੀਖ ਮੰਗਣਾ ਸਿਖਾਣੀ ਬਾਬਾ ਸੁਣ ਮੇਰੇ ਦੰਦੇ ਮੇਰੇ ਪੇਟ ਵਿੱਚ ਲਾਤ ਨਾ ਮਤ ਮਾਰ ਪਤਾ ਕਿਉਂ ਲੱਗਦੀ ਹੈ ਯਾਰ ਲੱਗਦੀ ਹੈ ਭਾਈ ਮੈਂ ਸੱਚੀ ਬੋਲਾਂ ਨਾ ਤਾਂ ਤੂੰ ਮੇਰੇ ਕੋ ਕਿਆ ਦੇਗਾ ਜੋ ਆ ਮੰਗੂ ਤੂੰ ਪਹਿਲੇ ਦੱਸ ਸਿੱਖਣਾ ਕੋ ਚਾਹਦਾ ਮੇਰੇ ਦੰਦਾ ਚੋਟਾ ਕਰਨਾ ਲੱਗਿਆ ਨਹੀਂ ਯਾਰ ਨਾ ਬੋਟਾ ਚ ਲੱਗਿਆ ਖੜੋਣਾ ਨਾ ਫੇਰੀ ਤਾਂ ਬੋਟਾ ਜੇ ਤੇ ਤੇਰਾ ਭਿਖ ਮੰਗਣੇ ਦਾ ਰੋਲ ਹੈ ਬਾਪੂ ਵਾਲਾ ਆਪੇ ਲੋਕਾਂ ਕਰਾ ਮੇਰਾ ਤਾਂ ਜੋਬ ਕਰਨੇ ਲੱਗੇ ਮਿੰਜੋ ਨਾ 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 ਫੇਰੀ ਬਾਪੂ ਵਾਲਾ ਆਪੇ ਬੋਟਾ ਪਿੱਛੇ ਲੋਕਾਂ ਦੇ ਭਿਖ ਮੰਗਣਾ ਪੂਰੀ ਤਾਂ ਫੇਰੀ ਅੱਛਾ ਇਹ ਗੱਲ ਆ ਸੁਣ ਮਿੰਜੋ ਪੀਏ ਰੱਖਣਾ ਹੋਣਾ ਦੀ ਜੀ ਹਾਂ ਜੀ ਠੀਕ ਹੈ ਤਾਂ ਆਈ ਆਈ ਅੱਗੇ ਦੇ ਆਈਏ ਤੂੰ ਅੱਬੇ ਠੀਕ ਆਈ ਆਈ ਠੀਕ ਹੈ ਜੀ ਹੁਣ ਹੀ ਆਇਆ ਆ ਬਾ ਬਾ ਲਾ ਕੇ ਨਾ ਸਦਾ ਦੇ ਦੇ ਆ ਗਿਆ ਭਾਈ ਆ ਜਾ ਬੈਠ ਜਾ ਦੱਸ ਓਏ ਨਹੀਂ ਦੱਦੀ ਬੁੱਦੀ ਲੈ ਕੇ ਚੱਲਿਆ ਹੈ ਤੂੰ ਬੱਬੇ ਦੇ ਰੇ ਬਰਾਤ ਆਈ ਹੈ ਤੂੰ ਚਲ ਇਸ ਬਿੱਲੇ ਬੁੱਲੇ ਚੁੱਪ ਇਹ ਪਹਿਲੇ ਛੱਡੇ ਗਿਆ ਉਹ ਫੜੇ ਫੋੜੇ ਬੋਰੂ ਬੋਰੂ ਦੀ ਤੁਮ ਇਹਦੇ ਧੰਦਾ ਜੋੜ ਕਰਾਉਣਾ ਹਾਂ ਇਹ ਮੇਰਾ ਨਾਜ਼ ਦੇ ਦੇ ਰੇ ਬਾਬਾ ਦੇ ਦੇ ਰੇ ਏ ਬਾਬਾ ਏ ਬਾਬਾ ਉਹ ਲਿਆ ਆ ਰਿਆ ਗੱਲ ਸੁਣ ਆਏ ਬਾਬਾ पागल है ਭਿਖ ਮੰਗਣੀ ਬੰਦਾ ਗਲਾ ਨਾ ਭੁਖਾਰੀ ਹੈ ਤੂੰ ਔਖੇ ਹੋਈ ਲੜਨਾ ਮਾਰਨਾ ਵੱਢਣਾ ਤੂੰ ਟੁੱਕਣਾ ਹੈ ਕਰਨਾ ਕਿ ਤੂੰ ਦਾ ਸੁਪਾਰੀ ਲਈ ਤੂੰ ਸਿੱਖ ਗਿਆ ਯਾਰ ਤੂੰ ਸਿੱਖ ਗਿਆ ਮੰਨ ਗਿਆ ਆਈ ਪ੍ਰਾਊਡ ਆਫ ਯੂ ਆਈ ਪ੍ਰਾਊਡ ਆਫ ਯੂ ਮਾਈ ਚਾਈਲਡ ਆਈ ਪ੍ਰਾਊਡ ਆਫ ਯੂ ਉਹ ਕਿਆ ਕਰਨਾ ਪੜ੍ਹੇ ਲਿਖੇ ਦਾ ਬੱਚਾ ਭਿੱਖ ਮੰਗੀ ਸਕਾ ਦੇ ਅੱਜ ਕੱਲ੍ਹ ਕਿਤਾ ਉਹ ਚੀਜ਼ ਭਿੱਖ ਮੰਗਣਾ ਵੀ ਨਹੀਂ ਹੁੰਦੀ ਚੱਲ ਚਲੀਏ ਉਹ ਲੋਕੇ ਘਰ ਘਰ ਜਾ ਕੇ ਮੰਗਦੇ ਚੱਲ ਅੰਕਲ ਜੀ ਆਂਟੀ ਜੀ ਅਰੇ ਬੇਗਮ ਸਾਹਿਬਾ ਕਹਾਂ ਹੋ ਆਪ ਓ ਭੈਣ ਜੀ ਓ ਭਾਈ ਭੈਣ ਜੀ ਤੁਹਾਡੀ ਚਲੀ ਗਈ ਜੋ ਮਾਪੇ ਨਾਲ ਭਾਈ ਤੁਹਾਡਾ ਬੋਲਾ ਕਿਉਂ ਜੀ ਗੱਲ ਮਾਰੋ ਭਾਈ ਅਰੋ ਵੈਲਾ ਕੇ ਨਾਮ ਸਰਦਾ ਦਾ ਓ ਹਰ ਕੀ ਕਰ ਰਹਾ ਕੋਟ ਮੰਗਣਾ ਯਾਰ ਆਹ ਦਾ ਭਾਈ ਅਰੋ ਇਹ ਹਾਲੇ ਹੋਨ ਹਾਰ ਬੇਕਾਰ ਨੌਜਵਾਨ ਸਾਹਿਬਾਨ ਕਦ ਰਹੇ ਕਿਆ ਬੋਲਾ ਰਸ਼ਮੀ ਸੋਰੀ
ਇਹ ਹੈ ਨਾ ਤੁਸਾਂ ਵੋਟ ਪਾਣਾ ਕਰਨ ਦੀ ਲੋਕਾਂ ਨੇ ਵੋਟ ਲੈ ਲੈਣਾ ਨਾ ਵਾਧੇ ਚ ਕਰੀ ਜਾਣਾ ਹੋਰ ਨੀ ਕੁਛ ਵੀ ਚੱਲ ਤਾਰੇ ਨਾ ਅੱਛਾ ਤੁਸਾਂ ਸਾਹਿਬ ਨੇ ਤੁਸਾਂ ਵੋਟ ਪਾਣਾ ਤੁਸਾਂ ਨਾ ਯਾਦ ਰੱਖਣਾ ਰਮੇਸ਼ ਕਾਲੀਆ ਕਿਆ ਨਾ ਰਮੇਸ਼ ਕਾਲੀਆ ਵੋਟ ਕੁਝ ਪਾਣਾ ਹਾਂਜੀ ਉਹ ਟੁੱਟੀ ਕਿਸ਼ਤੀ ਡੁੱਬੀ ਕਿਸ਼ਤੀ ਨਹੀਂ ਤੁਹਾਂ ਟੁੱਟੀ ਕੜਛੀ ਪਾਣਾ ਜਿਤਣਾ ਤੁਹਾਂ ਹੀ ਹੈ ਭਾਈ ਦੂਤ ਜਾ ਬੰਦੇ ਨਹੀਂ ਗਏ ਅੱਛਾ ਆਹ ਹਾਂ ਭਾਈ ਟੁੱਟੀ ਗੜਸੀ ਓ ਭਾਈ ਚਾਚੇ ਜੀ
ਕੋਈ ਜੀ ਮੁਸ਼ਕਿਲ ਨਹੀਂ, ਭੁੱਲਦੇ ਵਾ ਤੇ ਜੀ ਕੜਛੀ ਡੁੱਬਦੀ ਕਿਸ਼ਤੀ 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 ਨੀ ਡੁੱਬਦੀ ਕਿਸ਼ਤੀ ਇਹ ਆਪਣੇ ਕਿਆ ਕਿਆ ਨਾ ਕਾਲੀਆ ਜੀ ਬਿਲਕੁਲ ਨੀ ਨਾ ਵੋਟ ਪਾਉਣਾ ਤੁਸਾਂ ਬਸ ਨਹੀਂ ਮੈਂ ਬਿਲਕੁਲ ਸੋਚੀ ਸਮਝੀ ਵੋਟ ਪਾਏ ਮੈਂ ਗਲਤ ਨੀ ਪਾਉਂਦਾ ਨਹੀਂ ਚਾਚਾ ਇਹ ਹੈ ਮੇਰੇ ਹਿਸਾਬ ਇਹਨਾਂ ਦਾ ਕਰਨਾ ਕੋਈ ਨੀ ਚਾਚੇ ਬਸ ਸਾਡੇ ਕਾਲੀਏ ਜੀ ਕਦੋਂ ਨੰਬਰਾਂ ਦੇ ਘਰ ਚੱਲੇ ਸਾਡੇ ਬਤਾਲੀਏ ਜੀ ਬਿਲਕੁਲ ਇਹ ਬਤਾਲੀਏ ਜੀ ਸਾਡੇ ਨੂੰ ਇਹ ਟੁੱਟੀਏ ਕੜਛੀ ਵਾਲੇ ਟਾਈਮ ਸਵਾਲ ਦੇ ਕਹੋ ਦੱਸਦਾ ਥੋੜੀ ਦੇਰ ਹਮਾਰੇ ਬਣ ਚੁਕੇ ਹੈ ਕੌਣ ਕੌਣ ਗੱਲੇ ਉਨ੍ਹਾਂ ਬਾਅਦ ਹੋਣਾ ਲਿਆ ਮਿਲ ਜਾਓ ਪੋਲਿੰਗ ਬੂਥ 420 ਤੇ ਹਮਾਰੇ ਮਾਨਨੀਯ MLA ਸਾਹਿਬ ਟੁੱਟੀ ਕੜਛੀ ਏਕ ਵੋਟ ਤੇ ਆ ਗਏ ਭਗਵਾਨ ਭਾਈ ਸੋਚੇ ਸਮਝੀ ਡਰ ਨੀ ਬਣਦਾ ਭਾਈ ਟੁੱਟੀ ਕੜਛੀ ਵੀਡੀਓ ਕੈਸੀ ਲਗੀ ਆਪਕੋ ਪਲੀਜ ਚੈਨਲ ਕੋ ਸਬਸਕ੍ਰਾਈਬ ਕਰ ਲੇ ਏਕ ਬਾਰ ਔਰ ਬੈਲ ਆਇਕਨ ਕੋ ਪ੍ਰੈਸ ਕਰ ਲੇ ਲਾਈਕ ਸ਼ੇਅਰ ਜ਼ਰੂਰ ਕਰੇ ਔਰ ਵੀਡੀਓ ਪੇ ਕਮੈਂਟ ਕਰਕੇ ਬਤਾਏ ਜ਼ਰੂਰ ਕਿ ਕੈਸੀ ਲਗੀ ਆਪਕੋ ਥੈਂਕ ਯੂ ਗਾਈਸ ਇਸਕੇ ਲਈ ਨਹੀਂ ਤੋ ਮੇਰੇ ਲਈ ਠੀਕ ਹੈ ਸਬਸਕ੍ਰਾਈਬ ਕਰ ਲਿਆ ਨਾ ਥੈਂਕ ਯੂ ਗਾਈਸ ਸਬਸਕ੍ਰਾਈਬ ਜ਼ਰੂਰ ਕਰੇ ਬੈਲ ਆਇਕਨ ਪ੍ਰੈਸ ਕਰੇ ਔਰ ਏ ਭਾਈ ਇਹ ਪਕੜ ਲਾ ਉਹ ਆ ਰਿਹਾ ਜੰਨ ਵਿੱਚ ਜੀ ਪਕੜ ਲਈ ਹੈ ਏ ਏ